ਸਾਡੇ ਚੈਨਲ 'ਤੇ ਹੋਰ ਨਵੀਆਂ ਅਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈੱਲ ਆਈਕਨ ਨੂੰ ਦਬਾਓ। ਧੰਨਵਾਦ। ਹਲਕਾ ਸ਼ੁਤਰਾਣਾ ਦੇ ਵਿੱਚ ਘੱਗਰ ਵਿੱਚ ਆਏ ਤੇਜ਼ ਪਾਣੀ ਕਾਰਨ ਜਿੱਥੇ ਦਰਜਨਾਂ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਹਜ਼ਾਰਾਂ ਏਕੜ ਫਸਲਾਂ ਵਿੱਚ ਪਾਣੀ ਭਰ ਗਿਆ, ਉੱਥੇ ਹੀ ਪਿੰਡਾਂ ਦੇ ਡੇਰਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ NDRF ਦੇ ਜਵਾਨਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਬਾਹਰ ਕੱਢਣ ਵਿੱਚ ਲੱਗੇ ਹੋਏ ਨੇ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਵੀ ਨਾਜ਼ੁਕ ਥਾਵਾਂ 'ਤੇ ਨਿਗਾਹ ਰੱਖੀ ਜਾ ਰਹੀ ਹੈ। ਘੱਗਰ ਵਿੱਚ ਵੱਧ ਰਹੇ ਪਾਣੀ ਦੇ ਤੇਜ਼ ਵਹਾਅ ਨੂੰ ਦੇਖਦੇ ਹੋਏ ਪਾਤੜਾਂ ਖਨੌਰੀ ਨੂੰ ਜਾਣ ਵਾਲੇ ਕੌਮੀ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ। ਇਸ ਚੱਲ ਰਹੇ ਰੈਸਕਿਊ ਆਪਰੇਸ਼ਨ ਦੌਰਾਨ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਅਤੇ ਪ੍ਰਸ਼ਾਸਨ ਕਰ ਰਹੇ ਨੇ ਅਤੇ ਪ੍ਰਸ਼ਾਸਨ ਦੇ ਵੱਲੋਂ ਕੀਤੇ ਪ੍ਰਬੰਧਾਂ ਦੀ ਵੀ ਸਰਾਹਨਾ ਕੀਤੀ ਜਾ ਰਹੀ ਹੈ। ਮੈਂ ਇੰਸਪੈਕਟਰ ਆਸ਼ਿਤ ਕੁਮਾਰ 7NDRF ਬਠਿੰਡਾ। ਹਾਲਾਤ ਬੁਰੇ ਹੈ, ਪਾਣੀ ਕਹੀਂ ਤੇ 12 ਫੀਟ ਕਹੀਂ ਤੇ 10 ਫੀਟ ਆ ਕਰ ਰਹੀ ਹੈ। ਲੋਕ ਨੂੰ ਪਾਣੀ ਨਹੀਂ ਮਿਲ ਰਿਹਾ, ਖਾਣਾ ਨਹੀਂ ਮਿਲ ਰਿਹਾ। ਹਮ ਲੋਕ ਖਾਣਾ ਵੀ ਪੁਕਾ ਰਹੇ, ਪਾਣੀ ਵੀ ਪੁਕਾ ਰਹੇ, ਰੈਸਕਿਊ ਵੀ ਕਰ ਰਹੇ, ਜਿਸਮੇ ਛੋਟੇ ਬੱਚੇ ਵੀ ਹੈ, ਲੇਡੀ ਵੀ ਹੈ, ਬਿਮਾਰ ਲੋਕ ਵੀ ਹੈ, ਸਭ ਕੋ ਰੈਸਕਿਊ ਕੀਆ ਜਾ ਰਹਾ। ਅਭੀ ਹਮ ਲੋਕ ਘੰਟੇ ਮੇ ਕਮ ਸੇ ਕਮ 50-60 ਲੋਕੋ ਕੋ ਨਿਕਾਲ ਚੁਕੇ ਹੈਂ ਅੰਦਰ ਸੇ। ਜੈਸੇ ਹਲਾਲ ਜੀ ਜਾਤੇ ਹੈ ਡੇਰੇ ਮੇ ਸਹਿਰੂ ਪੈਸਾ ਮਿਲ ਜਾਊਗਾ। ਅੰਦਰ ਜਿਸ ਕਾ ਹਾਈਟ ਪੇ ਡੇਰਾ ਹੈ ਵੋ ਤੋ ਥੋੜਾ ਠੀਕ ਠਾਕ ਹੈ, ਬਾਕੀ ਕਿਸੇ ਘਰ ਮੇ ਲੋਗੋ ਕੋ ਮੈਕਸਿਮਮ ਮੇ ਪਾਣੀ ਘੁਸ ਗਿਆ ਹੈ। ਵੋ ਲੋਗ ਪਰੇਸ਼ਾਨ, ਵੋ ਲੋਗ ਆਣਾ ਨਹੀਂ ਚਾਹ ਰਹੇ, ਆਪਣਾ ਪਸ਼ੂ ਛੱਡ ਕੇ, ਤੋ ਹਮ ਉਨਕੋ ਖਾਣਾ ਪ੍ਰੋਵਾਈਡ ਕਰਾ ਰਹੇ, ਪਾਣੀ ਪ੍ਰੋਵਾਈਡ ਕਰਾ ਰਹੇ। ਡੋਕਟਰ ਕਰਤੇ ਹੈ ਲੋਗ? ਹਾਂ ਜੀ, ਡੋਕਟਰ ਕਰਤੇ, ਆਪਰੇਸ਼ਨ ਪੂਰਾ ਹੈ। ਡਿਊਟੀ ਹਮਾਰੀ ਜਬ ਤੱਕ ਨਹੀਂ ਨਿਕਲੇਂਗੇ ਟੋਟਲ, ਹਮ ਤਬ ਤੱਕ ਹਮ 24x7 ਹੀ ਆਪ ਲਗੇ ਹੈ। ਬੋਟ ਹੈ ਆਪਕੇ ਪਾਸ? ਜਾਂ ਕਿਤੇ ਮੇਰੇ ਪਾਸ ਯਹਾਂ 4 ਬੋਟ ਹੈ ਔਰ 25 ਮੁਲਾਜ਼ਮ ਹੈ। ਪਾਣੀ ਜੀ ਸਾਡੇ ਮੱਥੇ ਤੋਂ ਟੁੱਟਾ, ਇੱਕਦਮ ਪਾਣੀ ਆਇਆ ਸਾਡੇ ਕੋਲ, ਨਿਕਲਣੀ ਮੁਸ਼ਕਿਲ ਤੋਂ ਨਿਕਲੀ ਨੀ ਜਾ ਸਕਦਾ। ਹੁਣ ਕਿੰਨਾ ਪਾਣੀ ਇਸ ਟਾਈਮ ਆ ਗਿਆ? ਪਾਣੀ ਉੱਥੇ 10 ਫੁੱਟ ਘਰ ਦੇ ਅੰਦਰ ਵੜ ਗਿਆ ਪਾਣੀ, ਪੂਰਾ ਪਾਣੀ ਘਰਾਂ ਦੇ ਅੰਦਰ ਕੋਈ ਨੁਕਸਾਨ ਜਾਂ ਡੰਗਰ ਵੀ ਉੱਪਰ ਹੀ ਪਾਣੀ ਦੇ ਜੇ ਬਾਹਰ ਸੇਵਾ ਲੰਗਰ ਦੀ ਸੇਵਾ ਲੰਗਰ ਦੀ ਸੇਵਾ ਰੋਡ ਤੇ ਚੱਲੀ ਬਹੁਤ ਸਾਲਾਂ। ਸਿੰਧ ਸਾਹਿਬ ਦੇਖ ਕੇ ਸਾਡੇ ਮੁੜਦੇ ਜਿਹੜੀ ਸੇਵਾ ਹੈ ਸਾਡੀ ਐਸੋਸੀਏਸ਼ਨ ਆਇਲਸ ਪੀਟੀ ਔਰ ਓਵਰਸੀਜ਼ ਐਸੋਸੀਏਸ਼ਨ ਵੱਲੋਂ, ਜੋ ਵੀ ਪ੍ਰਸ਼ਾਸਨ ਵੱਲੋਂ ਔਰ ਵਿਧਾਇਕ ਜੀ ਵੱਲੋਂ, ਕੁਲਵੰਤ ਜੀ ਵੱਲੋਂ ਸਾਨੂੰ ਲਾਈ ਜਾ ਰਹੀ ਹੈ, ਸਾਡੀ ਐਸੋਸੀਏਸ਼ਨ ਨੂੰ ਅਸੀਂ ਪੂਰੀ ਕਰਨ ਲੱਗੇ ਹੋਏ ਹਾਂ। ਅੱਜ ਸਾਡੇ ਵੱਲੋਂ ਦੁੱਧ ਦੀ ਸੇਵਾ ਕਰੀ ਜਾ ਰਹੀ ਹੈ, ਇਸ ਤੋਂ ਪਹਿਲਾਂ ਸਾਡੇ ਵੱਲੋਂ ਲੰਗਰ ਦੀ ਸੇਵਾ, ਦਵਾਈਆਂ ਦੀ ਸੇਵਾ ਔਰ ਜੋ ਵੀ ਕਿਤੇ ਪਾਣੀ ਦੀ ਸੇਵਾ ਲੱਗੀ ਹੋਈ ਹੈ ਉਹਦੇ ਵਿੱਚ ਸਾਡੀ ਐਸੋਸੀਏਸ਼ਨ ਪ੍ਰਸ਼ਾਸਨ ਦੇ ਨਾਲ ਹੈ ਔਰ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਹਾਂ। ਸਾਡੇ ਜਿੰਨੇ ਵੀ ਭਰਾ ਇੱਥੇ ਹੜ੍ਹ ਪੀੜਤ ਨੇ ਉਹਨਾਂ ਦੀ ਮਦਦ ਲਈ ਅਸੀਂ ਅੱਗੇ ਵੀ ਖੜਾਂਗੇ ਅਤੇ ਅੱਜ ਵੀ ਖੜੇ ਹਾਂ। ਸੇਵਾ ਜਿਹੜੀ ਕੁਦਰਤ ਦੀ ਕਰੋਪੀ 'ਚ ਅੱਜ ਪੂਰਾ ਮਤਲਬ ਅੱਧਾ ਪੰਜਾਬ ਡੁੱਬ ਰਿਹਾ ਜੀ, ਪਰ ਇਹਦੇ 'ਚੋਂ ਸਾਨੂੰ ਐਡਾ ਹੌਸਲਾ ਇੱਕ ਗੱਲ ਦਾ ਮਿਲਿਆ ਕਿ ਵੱਖ ਵੱਖ ਸੰਸਥਾਵਾਂ ਜਿੱਥੇ ਪੂਰਾ ਜਿਹੜਾ ਵੀ ਕੋਈ ਸਾਡਾ ਭਰਾ ਜਿਹਨੂੰ ਕੋਈ ਸੁਨੇਹਾ ਲੱਗਦਾ, ਕੋਈ ਹਰਾ ਚਾਰਾ, ਕੋਈ ਦੁੱਧ, ਕੋਈ ਦਹੀਂ, ਕੋਈ ਪਰੌਂਠੇ, ਮਤਲਬ ਲੰਗਰ ਵੱਲੋਂ ਪੂਰੇ ਇਲਾਕੇ ਨੇ ਜੀ ਹਨੇਰੀ ਲੈਂਦੀ ਹੋਈ ਹੈ, ਤਾਂ ਜਿਹੜੇ ਹਰ ਪੱਖੋਂ ਸਾਡੀ ਮਦਦ ਲਈ ਮਤਲਬ ਅੱਗੇ ਵੱਧ ਕੇ ਆਪਣੀ ਜਾਨ 'ਤੇ ਖੇਡਣ ਵੀ ਬੰਦੇ ਤਿਆਰ ਨੇ, ਤਾਂ ਇਸ ਚੀਜ਼ ਦਾ ਸਾਨੂੰ ਹੌਸਲਾ ਹੀ ਮਿਲਦਾ ਹੈ।
ਤਾਂ ਵੀ ਜਿਹੜੇ ਬਾਈ ਜਿਹੜੇ ਹੜ੍ਹ ਪੀੜਿਤ ਮਤਲਬ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਬਚਾਉਣ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਸਫਲ ਵੀ ਹੋ ਰਿਹਾ ਜੀ। ਫੋਟੋ ਕਰਾ ਲਈ ਸੜਕੇ ਨਾਲ। ਇੱਧਰ ਜਿਵੇਂ ਤੁਸੀਂ ਦੇਖ ਰਹੇ ਇੱਧਰ ਸਾਰੇ ਪਾਣੀ ਬਹੁਤ ਜ਼ਿਆਦਾ 9-9 ਫੁੱਟ ਪਾਣੀ ਹੈ। ਇੱਧਰ ਘਰਾਂ ਦੇ ਵਿੱਚ ਜੀ ਫਸੇ ਹੋਏ ਨੇ, ਬਜ਼ੁਰਗ, ਔਰਤਾਂ, ਬੱਚੇ, ਤਕਰੀਬਨ ਨਿਕਲਦਾ ਮੌਕਾ ਹੀ ਨਹੀਂ ਮਿਲਿਆ ਕਿਸੇ ਨੂੰ। ਸਵੇਰੇ 7 ਵਜੇ ਦੇ ਆ ਕੇ ਅਸੀਂ 2 ਬੋਰਡ ਲਾਈਆਂ ਹੋਈਆਂ, ਤੀਜੀ ਬੋਰਡ ਹੁਣ ਤਿਆਰ ਕਰ ਰਹੇ ਆ NDRF ਵਾਲੇ, ਅਤੇ ਤਕਰੀਬਨ ਅਸੀਂ ਕੋਈ 100-150 ਬੰਦਾ ਕੱਢ ਲਿਆ, 500-800 ਬੰਦਾ ਹਜੇ ਹੋਰ ਅੰਦਰ। ਨਾਈ ਵਾਲਾ ਹੋ ਗਿਆ ਜੀ, ਜੋਗੇ ਵਾਲਾ ਹੋ ਗਿਆ, ਹੀਰਾ ਨਗਰ ਹੋ ਗਿਆ, ਸਤਰਾਣੇ ਦਾ ਕੁਛ ਹਿੱਸਾ, ਹਾਂ ਡੇਰੇ ਨੇ ਤਕਰੀਬਨ ਹੀਰਾ ਨਗਰ ਦੇ ਡੇਰੇ ਨੇ। ਹਾਂਜੀ, ਅੰਦਰ ਕਿੰਨੇ ਕੁ ਬੰਦੇ ਹੋਰ ਆ ਗਏ ਨੇ? ਅੰਦਰ 400-500 ਬੰਦਾ ਹਜੇ ਹੋਰ ਹੋਊਗਾ ਤਕਰੀਬਨ। ਮੱਝਾਂ ਲੋਕਾਂ ਦੀਆਂ ਸਭ ਉੱਥੇ, ਕੋਈ 1-1-2 ਜੀ ਮੱਝਾਂ ਕਰਕੇ ਰਹੀ ਜਾਂਦੇ ਆ। ਹੁਣ ਆਵਾਜਾਈ ਰੁਕੀ ਹੋਈ ਹੈ? ਆਵਾਜਾਈ ਅੱਗੇ ਜਿਹੜਾ ਪੋਲ ਆ ਉਹ ਬਹਿ ਗਿਆ, ਜਿਹੜਾ 32 ਦਰਾਂ ਵਾਲਾ ਬਣਿਆ ਸੀ ਉਹਦੇ ਥੱਲੋਂ ਦੀ ਨਾਲ ਪਾੜ ਪੈ ਗਿਆ ਜੀ, ਬਹਿ ਗਿਆ ਉੱਥੇ। ਹਾਂਜੀ, ਉਸ ਕਰਕੇ ਫਿਰ ਇੱਕ ਪਾਣੀ ਦਾ ਵਹਾਅ ਤੇਜ਼ ਕਰਕੇ ਵੀ ਕੋਈ ਜਾਨੀ ਨੁਕਸਾਨ ਨਾ ਹੋ ਸਕੇ, ਉਸ ਕਰਕੇ ਆਵਾਜਾਈ ਰੋਕੀ ਹੈ। ਵੈਸੇ ਤਾਂ ਕੋਈ ਪ੍ਰੋਬਲਮ ਨਹੀਂ, ਹਰ ਤਰ੍ਹਾਂ ਦੇ ਸਾਡੇ ਬਾਬਾ ਕਾਰ ਸੇਵਾ ਵਾਲੇ ਜਾਂ ਕੋਈ ਹੋਰ ਪ੍ਰਾਈਵੇਟ ਸੰਸਥਾਵਾਂ, ਕੋਈ ਜਿਹੜੇ ਇੱਥੇ ਜਾਮ 'ਚ ਵੀ ਫਸੇ ਨੇ ਪਲੱਸ ਹੜ੍ਹ ਪੀੜ ਤੋਂ, ਲੰਗਰ ਦੀ ਕੋਈ ਵੀ ਪ੍ਰੋਬਲਮ ਨਹੀਂ। ਮਤਲਬ ਇੰਨੇ ਲੋਕ ਸਾਡੇ ਨਾਲ ਸਹਿਯੋਗ ਕਰ ਰਹੇ ਨੇ, ਕੋਈ ਪਾਣੀ, ਰੋਟੀ ਪਾਣੀ, ਲੰਗਰ ਰਹਿਣ ਦਾ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ।